ਇਹ ਤਸਵੀਰਾਂ ਨੇ ਗੁਰਦਾਸਪੁਰ ਦੀਆਂ ਜਿੱਥੇ ਇੱਕ ਪਾਸੇ ਪੂਰਾ ਦੇਸ਼ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਨਾਲ ਬੈਠ ਕੇ ਨਵਾਂ ਸਾਲ ਮਨਾ ਰਿਹਾ ਉੱਥੇ ਗੁਰਦਾਸਪੁਰ ਵਿੱਚ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿਸਾਨਾਂ ਨੇ ਕਿ ਜੇਕਰ 4 ਜਨਵਰੀ ਦੀ ਮੀਟਿੰਗ ਵਿੱਚ ਕਿਸਾਨਾਂ ਦਾ ਹੱਲ ਨਾ ਹੋਇਆ ਤਾਂ ਕਿਸਾਨ ਲਾਲ ਕਿਲੇ ਨੂੰ ਟਰੈਕਟਰਾਂ ਨਾਲ ਘੇਰਾ ਪਾ ਕੇ ਲਾਲ ਕਿਲੇ 'ਤੇ ਲਹਿਰਾ ਦੇਣਗੇ ਆਪਣਾ ਝੰਡਾ ਤੇ ਵੇਖਦੇ ਹਾਂ ਇਹ ਪੂਰੀ ਰਿਪੋਰਟ ਰੋਹਿਤ ਗੁਪਤਾ ਗੁਰਦਾਸਪੁਰ ਦੀ ਅਸੀਂ ਅੱਜ ਨਵਾਂ ਸਾਲ ਜਿਹੜਾ ਵਾ ਇਹ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਅਸੀਂ ਨਵਾਂ ਸਾਲ ਮਨਾ ਰਹੇ ਹਾਂ ਪਿੱਟ ਕੇ ਬਣਾਉਣਾ ਕਿਉਂਕਿ ਸਰਕਾਰਾਂ ਨੇ ਲੋਕੀ ਤੇ ਕਹਿੰਦੇ ਨੇ ਵੀ ਆਪਣੇ ਹੱਕ ਮੰਗਣੇ ਇਹ ਤੇ ਜੋ ਸਾਡੇ ਘਰਾਂ ਦੇ ਵਿੱਚ ਡਾਕਾ ਲਾਇਆ ਵਾ ਵਿਉਂਤਬੰਦੀ ਕਰਕੇ ਸਾਡੀਆਂ ਫਸਲਾਂ ਦੇ ਰੇਟ ਘਟਾ ਕੇ ਕਿਸੇ ਵੀ ਤਰੀਕੇ ਇਹ ਕਿਸਾਨ ਨੂੰ ਮਾਰੂ ਸਰਕਾਰ ਆ ਇਹ ਹਰ ਵਰਗ ਵਾਸਤੇ ਮਾੜੀ ਸਰਕਾਰ ਹੈ ਇਹ ਸਰਕਾਰ ਆਪਣੇ ਅੜੀਅਰ ਵਰਤੀਰੇ ਤੋਂ ਇਹਨੂੰ ਝੁਕਾਉਣ ਵਾਸਤੇ ਸਰਕਾਰ ਨੂੰ ਇਹਦਾ ਵਰਤੀਰਾ ਬਦਲਣ ਵਾਸਤੇ ਇਹ ਸੰਘਰਸ਼ ਚੱਲ ਰਿਹਾ ਵਾ ਸਾਡੇ ਵੀਰ ਅੱਜ ਅਸੀਂ ਮੋਦੀ ਅੰਬਾਨੀ ਅਡਾਨੀ ਅਤੇ ਸਨੀ ਦਿਓਲ ਦਾ ਇਹ ਪੁਤਲਾ ਫੂਕਿਆ ਵਾ ਇਹਨਾਂ ਖਿਲਾਫ਼ ਸਰਕਾਰ ਖਿਲਾਫ਼ ਆਪਣੀ ਭੜਾਸ ਕੱਢੀ ਹੈ ਨਾਅਰੇਬਾਜ਼ੀ ਕੀਤੀ ਹੈ ਇਹ ਅਸੀਂ ਕਿਸੇ ਦੇ ਪ੍ਰੇਰਿਤ ਨਹੀਂ ਕਰ ਰਹੇ ਅਸੀਂ ਆਪਣੇ ਦਿਲੋਂ ਕਰ ਰਹੇ ਹਾਂ ਸਰਕਾਰ ਤੋਂ ਅੱਕੇ ਹੋਏ ਕਰ ਰਹੇ ਹਾਂ ਅਤੇ ਜਿੰਨਾ ਚਿਰ ਇਹ ਸਰਕਾਰ ਆਪਣਾ ਵਰਤੀਰਾ ਵਾਪਸ ਨਹੀਂ ਲੈਂਦੀ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਇਹ ਸਰਕਾਰਾਂ ਸਿਰਫ ਸਾਡੇ ਨਾਲ ਗੇਮ ਹੀ ਖੇਡਣ ਦੀਆਂ ਨੇ ਕੋਈ ਵਾਪਸ ਟਾਈਮ ਪਾਸ ਕਰਨ ਦੀਆਂ ਟਾਈਮ ਜੇ ਸਰਕਾਰਾਂ ਪਾਸ ਕਰਨੇ ਸਰਕਾਰਾਂ ਦੇ ਮਨ 'ਚ ਇਹ ਆ ਵੀ ਇਹ ਅੱਕ ਕੇ ਥੱਕ ਕੇ ਇੱਥੋਂ ਆਪਣੇ ਘਰਾਂ ਨੂੰ ਮੁੜ ਜਾਣਗੇ ਕਰਬੰਦੀ ਕਰਕੇ 20 ਜਨਵਰੀ ਨੂੰ ਇੱਥੋਂ ਇੱਕ ਹੋਰ ਵੱਡਾ ਕਾਫਲਾ ਜਿਹੜਾ ਗੁਰਦਾਸਪੁਰ ਤੋਂ ਜਿਹੜਾ ਰਵਾਨਾ ਕਰ ਰਹੇ ਹਾਂ ਸੋ ਇਹ ਸੰਘਰਸ਼ ਸਾਡਾ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਆਪਣਾ ਜਿਹੜਾ ਹੱਕ ਜਿਹੜਾ ਉਹ ਨਹੀਂ ਮਿਲਦਾ ਕਿ ਆਪਣੀਆਂ ਫਸਲਾਂ ਦੇ ਰੇਟ ਖੇਤੀ ਕਿੱਤੇ ਨੂੰ ਲਾਹੇਵੰਦਾ ਬਣਾਉਣ ਦੇ ਲਈ ਜਿਹੜਾ ਇਹਨਾਂ ਨੂੰ ਆਰਥਿਕ ਜਿਹੜੀ ਗੁਲਾਮੀ ਆ ਉਹਦੇ ਤੋਂ ਆਜ਼ਾਦੀ ਨਹੀਂ ਮਿਲ ਜਾਂਦੀ ਓਨੀ ਦੇਰ ਤੱਕ ਇਹ ਸਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਹੂਗਾ 26 ਜਨਵਰੀ ਨੂੰ ਜਿਹੜਾ ਜਥੇਬੰਦੀਆਂ ਨੇ ਜੋ ਮਤਲਬ ਵੀ ਇੱਕ ਇਸ ਵੇਲੇ ਜੋ ਚੌਕਤਾ ਤਿਆਰ ਕੀਤਾ ਕਿ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਅਸੀਂ ਜਿਹੜਾ ਤਿਰੰਗਾ ਝੰਡਾ ਜਿਹੜਾ ਲਹਿਰਾਵਾਂਗੇ ਔਰ ਉੱਥੇ ਟਰੈਕਟਰ ਮਾਰਚ ਜਿਹੜਾ ਟਰੈਕਟਰਾਂ ਦੇ ਨਾਲ ਉਹ ਦਿੱਲੀ ਨੂੰ ਜਿਹੜਾ ਲਾਲ ਕਿਲੇ ਨੂੰ ਘੇਰਿਆ ਜਾਵੇਗਾ ਇਹ ਅਗਲੀ ਰਣਨੀਤੀ ਆ ਮਤਲਬ ਜਥੇਬੰਦੀਆਂ ਦੀ ਜੋ ਵੀ ਸਾਂਝਾ ਮਤਲਬ ਮੰਚ ਜਿਹੜਾ ਉਹ ਫੈਸਲਾ ਕਰੇਗਾ ਉਹਨੂੰ ਹੂ ਬਹੂ ਲਾਗੂ ਕੀਤਾ ਜਾਵੇਗਾ